ਹੇ ਗਾਈਸ, ਵੈਲਕਮ ਬੈਕ। ਤੇ ਵਿਹਲੇ ਬੈਠੇ ਸੀ, ਨੈਟ ਇਜ਼ ਨੋਟ ਵਰਕਿੰਗ। ਤੇ ਸੋਚਿਆ ਚਲੋ ਕੁਛ ਨਵਾਂ ਟਰਾਈ ਕਰ ਲਈਏ। ਨਵਾਂ ਤਾਂ ਨਹੀਂ ਹੈਗਾ, ਪੁਰਾਣਾ ਹੀ ਹੈ, ਕਿਉਂਕਿ ਮੈਂ ਆਲਰੇਡੀ ਤੁਹਾਡੇ ਵਾਰੀ ਟਰਾਈ ਕੀਤਾ ਵੀ ਹੈ। ਤੇ ਸੋਚਿਆ ਮੈਂ ਨਾ ਤੁਹਾਨੂੰ ਸ਼ੇਅਰ ਕਰ ਹੀ ਲਵਾਂ। ਅਤੇ ਇਹ ਕੁਛ ਕਿਹਾ ਸੀ ਗੁੜ, ਅਤੇ ਮੈਂ ਬਣਾਉਣ ਜਾ ਰਹੀ ਹਾਂ ਗੁੜ ਦਾ ਹਲਵਾ, ਜਿਹੜਾ ਕਿ ਆਪਾਂ ਸਾਰੇ ਜਣੇ ਖੁਸ਼ ਹੋ ਕੇ ਖਾਈਦਾ ਵਾ। ਅਤੇ ਇਹਨੂੰ ਆਪਾਂ ਪਾਣੀ ਵਿੱਚ ਇਹਦਾ ਜਿਹੜਾ ਇਹ ਚਾਣੀ ਬਣਾ ਲੈਂਦੇ, ਅਤੇ ਇਹ ਵਿੱਚ ਪਾਇਆ, ਅਤੇ ਹੁਣ ਇਹਨੂੰ ਪਾਣੀ ਦੇ ਇੱਦਾਂ ਪਾ ਕੇ ਇਹਦੀ ਆਪਾਂ ਚਾਣੀ ਜਿਹੜੀ ਆ ਉਹ ਰੈਡੀ ਕਰ ਲੈਂਦੇ। ਅਤੇ ਅਕੋਰਡਿੰਗਲੀ ਪਾਣੀ ਲੈ ਲੈਣਾ ਵਾ ਮੇਰੇ ਕੋਲ। ਦੇਖੋ ਮੈਂ ਆਈ ਥਿੰਕ ਦੋ ਕਟੋਰੀਆਂ ਦੇ ਕਰੀਬ ਜਿਹੜਾ ਉਹ ਪਾਣੀ ਲਿਆ ਵਾ, ਇਹਨਾਂ ਕੋਲ ਗੋੜਿਆ ਅਤੇ ਦੋ ਕਟੋਰੀਆਂ ਦੇ ਕਰੀਬ ਮੈਂ ਪਾਣੀ ਲਿਆ ਵਾ। ਅਤੇ ਬਾਕੀ ਹੁਣ ਆਪਾਂ ਸੂਜੀ ਵਗੈਰਾ ਲਿਆਉਂਦੇ ਹਾਂ। ਅਤੇ ਜਿੰਨੇ ਟਾਈਮ ਵਿੱਚ ਗੁੜ ਦੀ ਜਿਹੜੀ ਚਾਹਨੀ ਉਹ ਰੈਡੀ ਹੁੰਦੀ ਆ, ਟਿਲ ਦੈਨ ਆਪਾਂ ਬਰਤਨ ਚੜਿਆ ਉਹ ਫਟਾਫਟ ਵਾਸ਼ ਕਰ ਲੈਂਦੇ ਹਾਂ। ਇੱਥੇ ਮੇਰੀ ਸਪੀਡ ਦੇਖੋ ਕਿੰਨੀ ਜ਼ਿਆਦਾ ਆ, ਵੀਡੀਓ ਨੂੰ ਫਾਸਟ ਮੋਡ 'ਤੇ ਲਾਤਾ। ਫਟਾਫਟ ਭਾਂਡੇ ਵਾਸ਼ ਕਰਕੇ ਫਿਰ ਸੂਜੀ ਵਗੈਰਾ ਜਿਹੜੀ ਆ ਉਹ ਲੈ ਕੇ ਆਉਂਦੇ ਹਾਂ, ਅਤੇ ਫਿਰ ਫਾਈਨਲੀ ਜਿਹੜਾ ਆਪਣਾ ਹਲਵਾ ਆ ਉਹ ਰੈਡੀ ਕਰਦੇ ਹਾਂ। ਅਤੇ ਖਲਾਰਾ ਕਿਉਂਕਿ ਲਾਗੇ ਪਿਆ ਚੰਗਾ ਜਿਹਾ ਨਹੀਂ ਲੱਗਦਾ, ਸੋ ਮੈਂ ਸੋਚਿਆ ਨਾਲੋਂ ਨਾਲ ਜਿਹੜਾ ਕੰਮ ਹੋਈ ਜਾਵੇ ਉਹ ਜ਼ਿਆਦਾ ਵਧੀਆ, ਕਿਉਂਕਿ ਗਰਮੀ ਜਿਹੜੀ ਆ ਬਹੁਤ ਸੀਗੀ ਉਸ ਦਿਨ। ਅਤੇ ਉਸ ਦਿਨ ਕੀ ਵੈਸੇ ਡੇਲੀ ਹੁੰਦੀ ਆ, ਬਾਰਿਸ਼ ਹੋ ਜਾਂਦੀ ਆ ਫਿਰ ਗਰਮੀ ਹੋ ਜਾਂਦੀ ਆ, ਅਤੇ ਬਸ ਉਹਦੇ ਨਾਲ ਫਿਰ ਹੁੰਦਾ ਹੈ ਕਿ ਜਿਹੜਾ ਕੰਮ ਜਲਦੀ ਜਲਦੀ ਖਤਮ ਹੁੰਦਾ ਹੋਵੇ ਉਹਨੂੰ ਕਰ ਲੈਣਾ ਚਾਹੀਦਾ। ਅਤੇ ਇਸ ਕਰਕੇ ਮੈਂ ਇੱਥੇ ਜਿਹੜੇ ਥੋੜ੍ਹੇ ਜਿਹੇ ਭਾਂਡੇ ਸੀਗੇ ਮੈਂ ਸੋਚਿਆ ਉਹ ਵਾਸ਼ ਕਰ ਲਏ, ਅਤੇ ਨਾਲੇ ਨਾਲ ਜਿਹੜੀ ਸਫਾਈ ਵੀ ਆ ਉਹ ਕਰ ਲੈਂਦੇ ਹਾਂ। ਅਤੇ ਬਸ ਹੁਣ ਆਪਾਂ ਇੱਥੇ ਜਿਹੜੇ ਆ ਉਹ ਬਰਤਨ ਵਾਸ਼ ਜਿਹੜੇ ਆ ਕਰ ਲਏ ਆ, ਅਤੇ ਇਸ ਤੋਂ ਬਾਅਦ ਜਿਹੜਾ ਆਪਾਂ ਆਪਣਾ ਹਲਵਾ ਬਣਾਉਣਾ ਜਿਹੜਾ ਉਹ ਰੈਡੀ ਕਰਾਂਗੇ। ਨਾਲੇ ਨਾਲੇ ਆਪਾਂ ਝਾਤੀ ਵੀ ਮਾਰੀ ਜਾਂਦੇ ਹਾਂ ਕਿ ਸਾਡੀ ਜਿਹੜੀ ਚਾਣੀ ਆ ਜਿਹੜਾ ਗੁੜ ਵਾਲਾ ਪਾਣੀ ਆ ਉਹ ਰੈਡੀ ਵੀ ਹੋਈ ਜਾ ਰਿਹਾ ਹੈ। ਇਹ ਨਹੀਂ ਕਿ ਇੱਕੋ ਕੰਮ 'ਚ ਪਿੱਛੇ ਪੈ ਜਾਣਾ। ਅਤੇ ਬਸ ਬੱਚਿਆਂ ਨੂੰ ਇਹ ਵਾਲਾ ਜਿਹੜਾ ਹਲਵਾ ਆ ਐਜ਼ ਕੰਪੇਅਰ ਟੂ ਦੂਸਰਾ ਵਾਲਾ ਹਲਵਾ, ਅਤੇ ਇਹ ਜ਼ਿਆਦਾ ਵਧੀਆ ਲੱਗਦਾ ਆ। ਸੋ ਮੈਂ ਮੈਕਸੀਮਮ ਇਹ ਟਰਾਈ ਕਰਦੀ ਕਿ ਮੈਂ ਇਹੀ ਵਾਲਾ ਹਲਵਾ ਜਿਹੜਾ ਵਾ ਉਹ ਬਣਾਵਾਂ। ਅਤੇ ਇੱਥੇ ਆਪਣਾ ਪਾਣੀ ਜਿਹੜਾ ਉਹ ਰੈਡੀ ਹੋ ਗਿਆ, ਅਤੇ ਸੂਜੀ ਆਪਾਂ ਲੈ ਆਏ ਹਾਂ, ਅਤੇ ਸੂਜੀ ਮੈਜਰ ਕਰਕੇ ਹੀ ਲਿਆ ਜੇ। ਅਤੇ ਮੈਂ ਵੀ ਇੱਥੇ ਇੱਕ ਕਟੋਰੀ ਜਿਹੜੀ ਆ ਛੋਟੀ ਵਾਲੀ ਕੁਆਟਰ ਕਟੋਰੀ ਜਿਹੜੀ ਆ ਉਹ ਲਿੱਤੀ ਆ ਸੂਜੀ ਦੀ, ਅਤੇ ਉਹਦੇ ਅਕੋਰਡਿੰਗਲੀ ਆਪਾਂ ਇਹਦੇ ਨਾਲ ਹੀ ਮੇਜਰ ਕਰਕੇ ਜਿਹੜਾ ਵਾਟਰ ਜਿਹੜਾ ਆਪਾਂ ਬਣਾਇਆ ਉਹ ਪਾਵਾਂਗੇ। ਵੈਸੇ ਮੇਰਾ ਦੋ ਕਟੋਰੀ ਵਾਟਰ ਉਹ ਸੀਗਾ, ਅਤੇ ਪਹਿਲਾਂ ਇੱਥੇ ਮੈਂ ਦੇਸੀ ਘਿਓ ਲਿਆ, ਅਕੋਰਡਿੰਗਲੀ ਜਿਹਾ ਲੈਣਾ ਵਾ, ਅਤੇ ਦੇਸੀ ਘਿਓ ਲੈ ਕੇ ਉਹਦੇ ਵਿੱਚ ਫਿਰ ਆਪਾਂ ਸੂਜੀ ਪਾ ਕੇ ਉਹਨੂੰ ਬਸ ਸੂਜੀ ਨੂੰ ਆਪਾਂ ਰੈਡ ਕਰਨਾ ਵਾ। ਅਤੇ ਬਸ ਇੰਨਾ ਕੁ ਜਿਹਾ ਪ੍ਰੋਸੈਸ ਆ। ਅਤੇ ਇੱਥੇ ਬਸ ਮੈਂ ਉਹੀ ਕਰ ਰਹੀ ਹਾਂ, ਸੂਜੀ ਮੈਂ ਘਿਓ ਵਿੱਚ ਪਾਤੀ ਆ, ਅਤੇ ਆਪਾਂ ਹੌਲੀ ਹੌਲੀ ਕਰਕੇ ਇਹਨੂੰ ਜਿਹੜਾ ਵਾ ਉਹ ਹੁਣ ਭੁੰਨਾਂਗੇ, ਅਤੇ ਰੈਡਿਸ਼ ਬਰਾਊਨ ਜਿਹਾ ਆਪਾਂ ਇਹਨੂੰ ਸੂਜੀ ਨੂੰ ਕਰਾਂਗੇ। ਚਲੋ ਚੱਲਦੇ ਹਾਂ ਅੱਗੋ ਬਣਾ ਸੂਜੀ ਦਾ ਹਲਵਾ। ਬਣ ਗਿਆ ਜਿਹੜਾ ਗੁੜ ਦਾ, ਇਹਨੂੰ ਆਪਾਂ ਚਾਣੀ ਨੂੰ ਪਾ ਦਾਂਗੇ ਇਹਦੇ 'ਚ। ਅਤੇ ਬਸ ਪਾਣੀ ਸੂਜੀ ਜਿਹੜੀ ਹੈ ਆਪਣੀ ਉਹ ਹੋ ਗਈ ਆ ਲਾਲ, ਅਤੇ ਜਿਹੜਾ ਆਪਾਂ ਪਾਣੀ ਬਣਾਇਆ ਸੀ ਉਹਨੂੰ ਇਹਦੇ ਵਿੱਚ ਪਾ ਦਾਂਗੇ। ਥੋੜ੍ਹਾ ਧਿਆਨ ਨਾਲ ਪਾਉਣਾ ਪਊਗਾ ਕਿਉਂਕਿ ਥੋੜ੍ਹਾ ਜਿਹਾ ਬਾਹਰ ਆਉਣ ਦਾ ਡਰ ਜਿਹਾ ਰਹਿੰਦਾ, ਜਿੱਦਾਂ ਕਿ ਇੱਥੇ ਮੇਰਾ ਥੋੜ੍ਹਾ ਜਿਹਾ ਆ ਗਿਆ ਸੀਗਾ, ਕਿਉਂਕਿ ਜਿਹੜਾ ਪਾਣੀ ਉਹ ਵੀ ਗਰਮ ਸੀਗਾ, ਅਤੇ ਸੂਜੀ ਵੀ ਅਸੀਂ ਹੁਣੇ ਰੀਸੈਂਟਲੀ ਭੁੰਨੀ ਸੀਗੀ, ਸੋ ਥੋੜ੍ਹਾ ਜਿਹਾ ਧਿਆਨ ਕਿ ਹੱਥ ਵਗੈਰਾ 'ਤੇ ਨਾ ਪੈ ਪੂ ਜਾਵੇ ਜਾਂ। ਅਤੇ ਬਸ ਇੱਥੇ ਥੋੜ੍ਹਾ ਜਿਹਾ ਮੈਸ ਹੋਇਆ ਸੀ ਉਹ ਮੈਂ ਇੱਥੇ ਕਲੀਨ ਕਰ ਰਹੀ ਹਾਂ, ਕਿਉਂਕਿ ਨਾਲੋਂ ਨਾਲ ਠੀਕ ਕਰਨਾ ਵਧੀਆ ਹੁੰਦਾ ਆ, ਬਾਅਦ 'ਚ ਥੋੜ੍ਹੇ ਸਟੇਨਸ 'ਚ ਹੋ ਜਾਂਦੇ ਆ ਫਿਰ
ਇਨਸੈਕਟਸ ਵਗੈਰਾ ਵੀ ਮਿੱਠੇ ਦੇ ਨਾ ਜ਼ਿਆਦਾ ਚੜ੍ਹਦੇ ਆ। ਅਤੇ ਬਸ ਆਹ ਵੇਖੋ ਹੁਣ ਮਿਕਸ ਹੋ ਗਿਆ ਵਾ ਇਹ ਪ੍ਰੋਪਰਲੀ, ਅਤੇ ਬਸ ਥੋੜ੍ਹਾ ਜਿਹਾ ਇਹਨੂੰ ਆਪਾਂ ਹੋਰ ਪਕਾਵਾਂਗੇ ਸੋ ਦੈਟ ਕੀ ਹੈ ਇੱਕੋ ਜਿਹੀ ਕੰਸਿਸਟੈਂਸੀ ਦਾ ਹੋ ਜਾਵੇ ਕਿ ਜਿੱਦਾਂ ਹਲਵਾ ਹੁੰਦਾ ਵਾ। ਅਤੇ ਬਸ ਉਹ ਨੋਰਮਲ ਜਿੱਦਾਂ ਆਪਾਂ ਹਲਵਾ ਖਾਂਦੇ ਹਾਂ ਉੱਦਾਂ ਦੀ ਇਹਨੂੰ ਆਪਾਂ ਰੱਖ ਕੇ ਅਤੇ ਥੋੜ੍ਹਾ ਜਿਹਾ ਹਿਲਾ ਕੇ ਇਕੁਅਲੀ ਆਪਾਂ ਇਹਨੂੰ ਕਰ ਲਵਾਂਗੇ। ਬਸ ਆਹ ਦੇਖੋ ਇੱਥੇ ਹੋ ਗਿਆ ਵਾ ਆਪਣਾ ਹਲਵਾ ਰੈਡੀ। ਅਤੇ ਹੁਣ ਵਾਪਸ ਆਪਾਂ ਇਹਨੂੰ ਪਾਉਂਦੇ ਹਾਂ ਕਟੋਰੀਆਂ 'ਚ ਅਤੇ ਖਾਂਦੇ ਹਾਂ ਫਿਰ। ਆਹ ਦੇਖੋ ਬਣ ਗਿਆ ਵਾ, ਕਟੋਰੀਆਂ 'ਚ ਪਾ ਲਿਆ ਅਤੇ ਹੁਣ ਮੈਂ ਬੱਚਿਆਂ ਨੂੰ ਬਚਾ ਕੇ, ਸੋ ਯੂ ਕੈਨ ਸੀ ਮਾਈ ਸਵੈਟਿੰਗ। ਚਲੋ ਗਰਮੀ ਤਾਂ ਹੈਗੀ ਆ ਜਿਹੜੀ ਹੈਗੀ ਆ, ਚਲੋ ਲੈਟਸ ਗੋ। ये लो हलवा मैट स्प्रेड करो पहले। चलो पीछे के बैठो, थोड़ा पीछे हो जाओ, पीछे साइड पीछे हो, आप भी उठाओ ये लो। हॉट है, अभी ध्यान से खाओ। चलो हम खा के देखते हैं कितना था। मोक्षी घर है। How it is? Tasty. How it is? They are saying tasty. Aap sab bhi try karo. See you in the next video. Bye. Thank you.